हम बैठे तुम दे हो असीसा तुम राजा राजन के ईसा तुम राजा राजन के ईसा तुम दे हो असीसा तुम दे हो असीसा हम बैठे तुम दे हो असीसा हम बैठे तुम दे हो एक बहादुर स्मरिया ਕਾਰਨ ਆਉਣੇ ਦਿਆ ਵੈ ਧਾਇ ਸਭ ਥਾਂਏ ਹੋ ਜੀ ਸਹਾਇ ਦਸਵੇਂ ਪਾਤਸ਼ਾਹ ਹਤਿ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਂਏ ਹੋ ਜੀ ਸਹਾਇ ਦਸਾਂ ਪਾਤਸ਼ਾਹ ਕੇ ਗਿਆਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਉਪਦੇਸ਼ ਜੀ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਹਾਂਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਗੁਰਜੀਤ ਰਾਏ ਲੋਕਲ ਕਮਰਸ਼ੀਅਲ ਅਤੇ ਰੈਜੀਡੈਂਸ਼ੀਅਲ ਏਜੰਟ ਬਾਹਲਾ ਕੁਛ ਨਹੀਂ ਅੱਜ ਬੋਲਣਾ ਖੁਸ਼ੀ ਦਾ ਦਿਨ ਆ ਜਸ ਬਾਈ ਅਤੇ ਉਹਨਾਂ ਦੀ ਫੈਮਿਲੀ ਨੂੰ ਘਰ ਦੀਆਂ ਚਾਬੀਆਂ ਦੇਣ ਆਏ ਸੀ ਰੂਹ ਤੋਂ ਖੁਸ਼ੀ ਹੋ ਰਹੀ ਆ ਬਿਕੋਜ਼ ਜਦੋਂ ਤੁਸੀਂ ਮਿਹਨਤ ਕਰਦੇ ਹੋ ਕਿਸੇ ਦੀ ਦਿਲੋਂ ਹੈਲਪ ਕਰਦੇ ਹੋ ਬਾਈ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਅੰਕਲ ਜੀ ਤੁਹਾਨੂੰ ਥੈਂਕ ਯੂ ਜੀ ਤੁਹਾਨੂੰ ਵੀ ਕਿਵੇਂ ਪਹਿਲਾਂ ਤਾਂ ਫੀਲ ਹੋ ਰਿਹਾ ਮਤਲਬ ਵੀ ਆਰ ਐਕਸਾਈਟਿਡ ਯੂ ਨੋ ਤੁਹਾਡੀ ਹੈਲਪ ਬਹੁਤ ਸਾਨੂੰ ਉਹਨੇ ਹੈਲਪ ਕੀਤਾ ਆ ਤੁਹਾਡੀ ਹੈਲਪ ਨੇ ਤੁਹਾਡੇ ਨਾਲ ਹੀ ਮੈਂ ਤੁਹਾਡੇ ਨਾਲ ਹਾਂ ਸਾਰੀ ਚੀਜ਼ ਜਿਹੜੀ ਮੈਨੂੰ ਆਪ ਦੇ ਪਰਿਵਾਰ ਤੋਂ ਕਰਦੇ ਹਾਂਜੀ ਅੰਕਲ ਜੀ ਮੇਰੀ ਸਰਵਿਸ ਬਾਰੇ ਹੋਮ ਏਰੀਆ ਬਾਰੇ ਘਰ ਬਾਰੇ ਦੱਸੋ ਕਿਵੇਂ ਲੱਗ ਰਿਹਾ ਘਰ ਬਹੁਤ ਵਧੀਆ ਹੈ ਬਹੁਤ ਸੋਹਣਾ ਹੈ ਔਰ ਇੱਥੇ ਆ ਕਰਕੇ ਦਿਲ ਖੁਸ਼ ਹੋ ਗਿਆ ਪੰਜਾਬ ਵਾਂਗੂ ਮਾਹੌਲ ਕਿਆ ਬਾਤ ਇਹੀ ਚੀਜ਼ ਆਪਾਂ ਚਾਹੁੰਦੇ ਹਾਂਜੀ ਭੈਣ ਜੀ ਤੇ ਔਸਕਰ ਸਾਹਿਬ ਤੁਸੀਂ ਦੱਸੋ ਕਿਵੇਂ ਫੀਲ ਹੋ ਰਿਹਾ ਔਸਕਰ ਨੇ ਘਰ ਨੂੰ ਪਾਸ ਕਰ ਦਿੱਤਾ ਉਹਨੂੰ ਘਰ ਬਹੁਤ ਚੰਗਾ ਲੱਗਿਆ ਹੈ ਨਾ ਹੀ ਇਜ਼ ਗੋਨਾ ਗੈਟ ਹਿਸ ਓਨ ਰੂਮ ਐਂਡ ਉਹਨੇ ਆਪਣਾ ਰੂਮ ਸਿਲੈਕਟ ਕਰ ਲਿਆ ਕਿਆ ਬਾਤ ਯੈਸ ਬਹੁਤ ਵਧੀਆ ਤੁਹਾਡੀ ਸਰਵਿਸ ਯੂ ਨੋ ਜਿੱਦਾਂ ਕਿ ਔਨ ਪੁਆਇੰਟ ਸੀਗੇ ਤੁਸੀਂ ਫੋਰ ਐਨੀ ਕੁਐਰੀ ਸਾਨੂੰ ਕੋਈ ਵੀ ਕੁਐਰੀ ਸੀਗੀ ਸਾਨੂੰ ਕਿਸੇ ਵੀ ਟਾਈਮ ਤੇ ਡਿਊਰਿੰਗ ਰਾਤ ਨੂੰ 12 ਵਜੇ ਮੈਂ ਤੁਹਾਨੂੰ ਫੋਨ ਕੀਤਾ ਤੁਸੀਂ ਮੇਰਾ ਫੋਨ ਪਿਕ ਕੀਤਾ ਉਸ ਦਿਨ ਆਪਦੇ ਬੰਦਿਆਂ ਵਾਸਤੇ ਕਸਟਮਰ ਸਰਵਿਸ ਯੈਸ ਬਟ ਇਟਸ ਆਲ ਅਬਾਊਟ ਮੇਰੀ ਸਰਵਿਸ ਲਾ ਲਓ ਵੀ ਮੈਨੂੰ ਇਹ ਹੁੰਦਾ ਵੀ ਬੰਦੇ ਦੇ ਦਿਮਾਗ 'ਚ ਕੋਈ ਗ੍ਰੇ ਏਰੀਆ ਨਾ ਹੋਵੇ ਜਿੰਨੀ ਵੀ ਗੱਲ ਤੁਸੀਂ ਪ੍ਰੋਪਰਲੀ ਕਰ ਸਕਦੇ ਹੋ ਕਿਸੇ ਚੀਜ਼ ਦੀ ਬਿਕੋਜ਼ ਸਭ ਤੋਂ ਵੱਡਾ ਡਿਸੀਜਨ ਹੁੰਦਾ ਹੈ ਅੱਜ ਭਾਜੀ ਨੂੰ ਬਲਾਈਂਡਲੀ ਯੂ ਨੋ ਟਰਸਟ ਕਰਕੇ ਅਸੀਂ ਇੱਥੇ ਖੜੇ ਹਾਂ ਹਾਂਜੀ ਹਾਂਜੀ ਆਂਟੀ ਜੀ ਜੇ ਤੁਸੀਂ Your efforts are commendable and I really appreciate aur usse bahut like efforts karke and this from the root you have just set up the house and apartment de mure banda dekhya ji kali kali cheez hai ji aur mera bahut attractive hai the house everything watching that thank you aunty ji thank you the malik for thank you so much bhai for your service and blindly trust him and we are full victory goes to him